मलेरकोटला पुलिस वालों नशे दियां 650 गोलियां समेत 292 नशीलियां शीशियां बरामद। प्राप्त जानकारी अनुसार डॉक्टर संदीप गर्ग सीनियर कप्तान पुलिस की योग रहनुमाई हेठ एसपी मलेरकोटला मनजीत सिंह बराड़ अते डीएसपी मलेरकोटला सुमित सूद के दिशा निर्देशों हेठ एसआई बलवीर सिंह एंटी नारकोटिक सैल अते एसआई कमलप्रीत कौर पीआरटी थाना सिटी एक मलेरकोटला के मुलाजमान वालों एक सांझा ऑपरेशन किया गया। इस दौरान दोषी फारूक पुत्र अरशद अली मोहल्ला चोरमारा नेड़े कमल सिनेमा पासों 65 पत्ते नशीलियां गोलियां अते 292 नशीलियां शीशियां बरामद करने विच सफलता हासिल की गई है। पंजाब न्यूज़ चैनल लई मलेरकोटला तो किमी अरोड़ा अते असलम नाज की रिपोर्ट। सैकेंड आईओ इहदे विच सब तो पहले तो 292 जिहड़ियां ने नशीलियां शीशियां जिहड़ियां कफ सिरप वह बरामद होए ने ते कैरीसोमा दियां टैबलेट्स बरामद हो। ये अपनी जिहड़ी इहदी स्कूटरी हैगी है PB13AB3666 फारूक लिंक आले दुआले ज्यादा ने इस केस दे विच। नॉर्मली तो यह होंगे कि एक केस एक अक्यूज होंगे, इस केस दे विच दो तीन इहदे जिहड़े साथी ने जिन्हां नूं कि असीं 29 NDPS Act 29 NDPS Act ਦੇ ਵਿੱਚ ਨੋਮੀਨੇਟ ਕੀਤਾ ਐਂਡ ਦੇ ਆਰ ਸਟਿਲ ਟੂ ਬੀ ਅਰੈਸਟਿਡ। ਇਸ ਵੇਲੇ ਅਜੇ ਫਰਾਰ ਨੇ, ਕਿਉਂ? ਕਿਉਂਕਿ ਇਹ ਬੰਦੇ ਬਾਹਰਲੇ ਏਰੀਏ ਤੋਂ ਦਿੱਲੀ ਤੋਂ ਲਿਆ ਕੇ ਇੱਥੇ ਨਸ਼ੇ ਦੀ ਜਿਹੜੀ ਆ ਤਸਕਰੀ ਕਰਦੇ ਸੀ ਉੱਥੋਂ ਲਿਆ ਕੇ। ਔਰ ਮੈਂ ਜੇ ਤੁਹਾਨੂੰ ਇਹਦਾ ਮਾਰਜਨ ਦੱਸਾਂ ਤਾਂ ਤੁਸੀਂ ਆਪ ਹੈਰਾਨ ਹੋ ਜਾਓਗੇ ਵੀ 10 ਰੁਪਏ ਵਾਲੀ ਜਿਹੜੀ ਚੀਜ਼ ਹੈ ਉਹ 40-40 ਰੁਪਏ ਦੀ ਵਿਕਦੀ ਹੈ। ਤਾਂ ਇਹੀ ਇੱਕ ਵੱਡਾ ਜਿਹੜਾ ਰੀਜ਼ਨ ਹੈਗਾ ਜਿਹਦੀ ਵਜ੍ਹਾ ਕਰਕੇ ਇਹ ਲੋਕ ਇਸ ਨਸ਼ੇ ਦੇ ਕਾਰੋਬਾਰ 'ਚ ਲੱਗੇ ਹੋਏ ਨੇ। ਹੁਣ ਅਸੀਂ ਇਸ ਕੇਸ ਦੇ ਵਿੱਚ ਮਤਲਬ ਥੋੜ੍ਹਾ ਜਿਹਾ ਡੀਪਲੀ ਇਨਵੈਸਟੀਗੇਟ ਕਰਦੇ ਹੋਏ ਥੋੜ੍ਹਾ ਜਿਹਾ ਅੱਗੇ ਵੀ ਜਾਣ ਦੀ ਸੋਚ ਰਹੇ ਹਾਂ ਕਿ ਸਾਨੂੰ ਹੋ ਸਕਦਾ ਹੈ ਕਿ ਦਿੱਲੀ ਜਾਂ ਹੋਰਲੇ ਸ਼ਹਿਰਾਂ 'ਚ ਵੀ ਜਾਣਾ ਪਏ, ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਬੈਨ ਕੀਤੀਆਂ ਹੋਈਆਂ ਮੈਡੀਸਨਸ ਨੇ ਜਿਹੜੀਆਂ ਕਿ NDPS ਐਕਟ ਦੇ ਵਿੱਚ ਬੈਨਡ ਨੇ ਅਤੇ ਹਾਊ ਦੇ ਆਰ ਬੀਂਗ ਮੈਨੂਫੈਕਚਰ ਕਿ ਉਹ ਕਿਸ ਤਰ੍ਹਾਂ ਬਣ ਰਹੀਆਂ ਨੇ ਅਤੇ ਆਫਟਰ ਆਲ ਉਹ ਕਿਸੇ ਨਾ ਕਿਸੇ ਫੈਕਟਰੀ 'ਚ ਹੀ ਬਣ ਰਹੀਆਂ। ਅਤੇ ਹੁਣ ਅਸੀਂ ਉਸ ਚੀਜ਼ ਵਾਲੇ ਪਾਸੇ ਜਿਹੜਾ ਉਹ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਕਿਉਂਕਿ ਇਟ ਵਿਲ ਟੇਕ ਸਮ ਮੋਰ ਟਾਈਮ ਟੂ ਇਨਵੈਸਟੀਗੇਟ। ਅਤੇ ਇਹਦੇ ਵਿੱਚ ਜਿਹੜਾ ਮੁਹੰਮਦ ਫਾਰੂਕ ਹੈਗਾ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹਦੇ ਵਿੱਚ ਇੱਕ ਮੁਹੰਮਦ ਕਾਸਿਮ ਸਨ ਆਫ ਮੁਹੰਮਦ ਸ਼ਕੀਲ ਕਮਲ ਸਿਨੇਮਾ ਰੋਡ ਦੇ ਉੱਤੇ ਇਹਦੀ WM ਐਮਬਰਾਇਡਰੀ ਦੀ ਦੁਕਾਨ ਹੈ ਜਿਹੜੇ ਕਿ ਆਰਮੀ ਨੂੰ ਜਾਂ ਜਿੰਨੀਆਂ ਵੀ ਫੋਰਸਿਸ ਨੇ ਉਹਨਾਂ ਨੂੰ ਜਿਹੜੇ ਇਕਵਿਪਮੈਂਟਸ ਅਤੇ ਜਿਹੜੇ ਉਹਨਾਂ ਦੇ ਯੂਨੀਫੋਰਮ ਦੇ ਉੱਤੇ ਲੱਗਣ ਵਾਲੇ ਸਮਾਨ ਹੈਗੇ ਨੇ ਉਹ ਸਪਲਾਈ ਕਰਨ ਦਾ ਕੰਮ ਕਰਦਾ। ਬਟ ਉਹਦੇ ਨਾਲ ਨਾਲ ਇਹ ਆ ਨਸ਼ੇ ਦਾ ਕਾਰੋਬਾਰ ਵੀ ਕਰਦਾ। ਉਹਦੀ ਸ਼ੌਪ ਦੇ ਵਿੱਚੋਂ ਜਿਹੜਾ 232 ਜਿਹੜੀਆਂ ਨਸ਼ੀਲੀਆਂ ਸ਼ੀਸ਼ੀਆਂ ਨੇ ਵਿੰਸੀ ਰੈਕਸ ਜਿਹਦਾ ਨਾਮ ਹੈ ਇਹਨਾਂ ਨੂੰ ਬਰਾਮਦ ਕੀਤਾ ਗਿਆ। ਇਹ ਇਸ ਵੇਲੇ ਫਰਾਰ ਹੈ ਅਤੇ ਰੇਟਸ ਜਾਰੀ ਨੇ। ਜਲਦੀ ਸਾਨੂੰ ਉਮੀਦ ਹੈ ਕਿ ਅਸੀਂ ਵੀ ਵਿਲ ਬੀ ਏਬਲ ਟੂ ਕੈਚ ਹਿਮ। ਠੀਕ ਹੈ, ਪਰਚੇ ਦੇ ਵਿੱਚ ਇਹ ਚਾਰ ਬੰਦੇ ਨੇ। ਨੰਬਰ 1 ਮੁਹੰਮਦ ਹੈਗਾ, ਮੁਹੰਮਦ ਫਾਰੂਕ ਇਹਦਾ ਅਰੈਸਟ ਹੋ ਹੀ ਗਿਆ। ਨੰਬਰ 2 ਦੇ ਉੱਤੇ ਆ ਜਾਂਦਾ ਮੁਹੰਮਦ ਕਾਸਿਮ। ਇਸ ਤੋਂ ਇਲਾਵਾ ਗੋਰਾ ਪੁੱਤਰ ਨਾਮਲੂਮ ਹੈ, ਘਨੌਰ ਪਿੰਡ ਦਾ ਰਹਿਣ ਵਾਲਾ, ਜ਼ੀਸ਼ਾਨ ਉਰਫ ਬਾਬਾ, ਇਹ ਵੀ ਜਿਹੜਾ ਹੈ ਕਮਲ ਸਿਨੇਮਾ ਰੋਡ ਦੇ ਉੱਤੇ ਦਾ ਹੀ ਰਹਿਣ ਵਾਲਾ, ਇਹਦੇ ਵੀ ਰੇਡ ਹੋ ਗਿਆ ਪਰੰਤੂ ਇਹ ਘਰੋਂ ਫਰਾਰ ਹੈ। ਉਹ ਕਿਤੇ ਵਾਇਸ ਜਿਹੜੀ ਹੈ ਕ੍ਰਾਈਮ ਐਂਡ
ਕਰਪਸ਼ਨ ਦਾ ਇੱਕ ਡਿਸਟ੍ਰਿਕਟ ਲੈਵਲ ਦਾ ਉਹਦਾ ਹੈਗਾ ਵੀ ਮੈਂ ਉਹਨੇ ਬਣਾਇਆ ਹੋਇਆ ਇਨਵੈਸਟੀਗੇਸ਼ਨ ਆਫੀਸਰ ਕਿ ਇਹ ਦਿੱਲੀ ਵਾਲਾ ਜਿਹੜੀ ਕ੍ਰਾਈਮ ਬਣੀ ਹੋਈ ਹੈ ਉਹਦੇ ਨਾਲ ਡੇਂਜਰ ਜਿਵੇਂ ਆ ਜਾਣਾ ਅਸਲ ਇਨਵੈਸਟੀਗੇਸ਼ਨ ਆਫੀਸਰ ਲਿਖਿਆ ਹੋਇਆ ਬਾਕੀ ਉਹਨਾਂ ਨੇ ਉਹ ਕਹਿੰਦੇ ਵਿੱਚ ਇਨਵੈਸਟੀਗੇਸ਼ਨ ਚਾਹੂੰਗੀ ਉਹਦਾ ਕਾਰਡ ਇੱਕ ਦੇਖੋ ਜੀ, ਜਿਸ ਵੇਲੇ ਅਸੀਂ ਇਹ ਚੀਜ਼ਾਂ ਸਾਡੇ ਆਈਓ ਵੱਲੋਂ ਬਰਾਮਦ ਕੀਤੀਆਂ ਨੇ ਉਹਦੇ ਵਿੱਚ ਦੋ ਕਾਰਡਸ ਬਰਾਮਦ ਹੋਏ ਜਿਹੜੇ ਕਿ ਐਂਟੀ ਕਰਪਸ਼ਨ ਸੁਸਾਇਟੀ ਦੇ ਨਾਮ ਦੇ ਉੱਤੇ ਬਣੇ ਹੋਏ ਨੇ। ਇਹਨਾਂ ਨੇ ਇੱਕ ਸੰਸਥਾ ਬਣਾਈ ਹੋਈ ਹੈ ਐਂਟੀ ਕਰਪਸ਼ਨ ਸੁਸਾਇਟੀ। ਉਹ ਜਿਹੜੀ ਸੁਸਾਇਟੀ ਹੈ ਉਹਨਾਂ ਨੇ ਕਿਸ ਵਜ੍ਹਾ ਕਰਕੇ ਬਣਾਈ ਹੈ, ਇਹਦਾ ਕੀ ਇਹਦੇ ਉੱਤੇ ਉਸ ਕਾਰਡਸ ਦਾ ਇਹਨਾਂ ਨੇ ਕੀ ਲਾਭ ਲਿਆ, ਉਹ ਕਾਰਡਸ ਦਿਖਾ ਕੇ ਨੋਰਮਲੀ ਕੀ ਹੁੰਦਾ ਕਿ ਰੋਡਸ ਦੇ ਉੱਤੇ ਨਾਕਿਆਂ ਦੇ ਉੱਤੇ ਸਾਡੇ ਜਿਹੜੇ ਪੁਲਿਸ ਕਰਮਚਾਰੀ ਡਿਊਟੀਜ਼ ਦੇ ਉੱਤੇ ਹੁੰਦੇ ਨੇ ਉਹ ਕਈ ਵਾਰੀ ਉਹਨਾਂ ਨੂੰ ਓਨੀ ਗਹਿਰਾਈ ਤੱਕ ਉਹ ਨਹੀਂ ਜਾ ਪਾਉਂਦੇ ਜਾਂ ਉਹ ਆਪਣੇ ਉਹਨਾਂ ਦਾ ਰੈਂਕ ਕਈ ਵਾਰੀ ਉਹ ਸੋਚਦੇ ਨੇ ਕਿ ਯਾਰ ਮੈਂ ਕਿਉਂ ਇਸ ਗੱਲ ਦੀ ਗਹਿਰਾਈ 'ਚ ਜਾਣਾ ਅਤੇ ਉਹ ਇਹ ਉਹਨਾਂ ਦੇ ਉੱਤੇ ਪ੍ਰਭਾਵ ਦਿਖਾਉਂਦੇ ਨੇ। ਹੁਣ ਇਹ ਜਿਹੜੇ ਵਿਅਕਤੀ ਨੇ ਜਿਹੜੇ ਦੋਨੋਂ ਕਾਸਿਮ ਅਤੇ ਮੁਹੰਮਦ ਫਾਰੂਕ ਇਹਨਾਂ ਨੇ ਆਪਣੇ ਐਂਟੀ ਕਰਪਸ਼ਨ ਦੇ ਕਾਰਡਸ ਬਣਾਏ ਹੋਏ ਨੇ ਜਿਹਦੀ ਹਾਂਜੀ ਦੋਨਾਂ ਦੇ ਜਿਹਦੀ ਆੜ ਦੇ ਵਿੱਚ ਜਿਹਦੀ ਆੜ ਦੇ ਵਿੱਚ ਇਹ ਨਸ਼ੇ ਤੋਂ ਨਸ਼ੇ ਦਾ ਧੰਦਾ ਕਰ। ਦੂਸਰੀ ਜਿਹੜੀ ਗੱਲ ਸਾਹਮਣੇ ਆਈ ਹੈ ਉਹ ਅੱਗੇ ਅਸੀਂ ਜਦੋਂ ਫਰਦਰ ਇਨਵੈਸਟੀਗੇਟ ਕੀਤਾ ਤਾਂ ਜਿਹੜੀ ਇਹ ਸੁਸਾਇਟੀ ਹੈ ਜਿਹਨਾਂ ਨੂੰ ਉਹਨਾਂ ਨੇ ਕਿਹਾ ਹੈ ਕਿ ਵੀ ਇਹ ਅਸੀਂ ਐਂਟੀ ਕਰਪਸ਼ਨ ਦੇ ਮੈਂਬਰਸ ਹੈਗੇ ਹਾਂ ਅਤੇ ਇਹਦਾ ਨਾਮ ਜਿਹੜੀ ਕੰਪਨੀ ਹੈਗੀ ਹੈ ਸੋਰੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਇਹਨਾਂ ਨੇ ਸੁਸਾਇਟੀ ਬਣਾਈ ਹੋਈ ਹੈ ਹਿਊਮਨ ਰਾਈਟਸ ਦੇ ਚੇਅਰਮੈਨ ਹੈਗੇ ਨੇ ਸਰਦਾਰ ਤਰਸੇਮ ਸਿੰਘ ਜੀ ਜਿਨ੍ਹਾਂ ਨੇ ਆਪਣੀ ਇੱਕ ਸੰਸਥਾ ਰਜਿਸਟਰ ਕਰਵਾਈ ਹੋਈ। ਹੁਣ ਜਦੋਂ ਅਸੀਂ ਇਹ ਕਾਰਡਸ ਬਰਾਮਦ ਕਰਨ ਤੋਂ ਬਾਅਦ ਅੱਗੇ ਤਫਤੀਸ਼ ਕਰਦੇ ਹੋਏ ਉੱਥੇ ਪਹੁੰਚੇ ਤਾਂ ਤਰਸੇਮ ਸਿੰਘ ਜੀ ਜਿਹੜੇ ਕਿ ਉਹ ਕਹਿੰਦੇ ਕਿ ਜੀ ਇਹ ਮੇਰੀ ਸੰਸਥਾ ਦੇ ਇਹ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਨੇ ਦੋਨੋਂ ਜਣੇ ਹੈਗੇ ਨੇ ਹੀ ਸੇਜ਼ ਕਿ ਜੀ ਹੈਗੇ ਫਾਰੂਕ ਅਤੇ ਕਾਸਿਮ। ਪਰੰਤੂ ਜਦੋਂ ਅਸੀਂ ਅੱਗੇ ਫਰਦਰ ਹੋਰ ਇਨਵੈਸਟੀਗੇਸ਼ਨ ਦੇ ਵਿੱਚ ਸੰਗਰੂਰ ਪਹੁੰਚ ਕੇ ਕੀਤੀ ਤਾਂ ਜਿਹੜੇ ਤਰਸੇਮ ਸਿੰਘ ਜੀ ਨੇ ਇਹਨਾਂ ਦੇ ਉੱਤੇ ਆਪਣੇ ਉੱਤੇ ਵੀ ਮੁਕੱਦਮੇ ਦਰਜ ਹੋਏ ਨੇ ਇਸੇ ਸੰਸਥਾ ਕਰਕੇ ਦਰਜ ਹੋਏ ਹੋਏ ਨੇ। ਇਹਨਾਂ ਦੇ ਉੱਤੇ ਇੱਕ ਐਫ ਆਈ ਆਰ ਨੰਬਰ 77/2016 ਥਾਣਾ ਸਿਟੀ 1 ਸੰਗਰੂਰ ਉੱਥੇ ਦਰਜ ਹੋਈ ਹੈ ਜਿਹਦੇ ਵਿੱਚ ਅੰਡਰ ਸੈਕਸ਼ਨ 419, 420, 475, 476, 482, 419 ਦੱਸਦਾ ਜੀ 419, 420, 475, 476, 482 ਇਹਨਾਂ ਨੇ ਗੱਡੀ ਦੇ ਉੱਤੇ ਇੱਕ ਚੇਅਰਮੈਨ ਐਂਟੀ ਕਰਪਸ਼ਨ ਦੀ ਲਗਾਈ ਹੋਈ ਸੀ ਪਲੇਟ ਅਤੇ ਉਸ ਤੋਂ ਇਲਾਵਾ ਇੱਕ ਇਹਨਾਂ ਨੇ ਫਲੈਗ ਰੋਡ ਲਾਇਆ ਹੋਇਆ ਸੀਗਾ ਜਿਹਦੇ ਉੱਤੇ ਕਿਉਂਕਿ ਜਿਹੜੀ ਫਲੈਗ ਕਾਰ ਹੈਗੀ ਆ ਉਹ ਸਿਰਫ ਬਹੁਤ ਸੀਨੀਅਰ ਜਿਹੜੇ ਅਧਿਕਾਰੀ ਹੁੰਦੇ ਨੇ ਉਹਨਾਂ ਵਾਸਤੇ ਹੀ ਯੂਜ ਹੋ ਸਕਦੀ ਹੈ। ਫਲੈਗ ਵਾਲੀ ਕਾਰ ਕੋਈ ਵੀ ਸਧਾਰਨ ਆਦਮੀ ਕਿਸੇ ਵੀ ਹਾਲਤ 'ਚ ਨਹੀਂ ਲਗਾ ਸਕਦਾ ਇਹ ਕਾਨੂੰਨੀ ਤੌਰ 'ਤੇ ਹੀ ਗੈਰ ਕਾਨੂੰਨ ਉਹੀ ਨੇ ਤਰਸੇਮ ਸਿੰਘ ਸਹੋਤਾ ਜੀ ਇਹਨਾਂ ਦੇ ਸਰਪ੍ਰਸਤ ਨੇ ਅਤੇ ਹੁਣ ਅੱਗੇ ਮੈਟਰ ਜਿਹੜਾ ਹੈਗਾ ਉਹ ਇਹ ਹੈ ਕਿ ਇਹਨਾਂ ਦੀ ਇਸ ਕੇਸ ਦੇ ਵਿੱਚ ਕੀ ਕਨਾਈਵੈਂਸ ਹੈ। ਨਾਊ ਦਿਸ ਇਜ਼ ਅ ਮੈਟਰ ਟੂ ਬੀ ਇਨਵੈਸਟੀਗੇਟਿਡ ਐਂਡ ਵੀ ਵਿਲ ਡੈਫੀਨੇਟਲੀ ਇਨਵੈਸਟੀਗੇਟ ਦਿਸ ਮੈਟਰ ਟੂ ਦੀ ਆਪਟੀਮਮ ਲੈਵਲ ਕਿ ਅਗਰ ਇਹਨਾਂ ਦੀ ਵੀ ਕੋਈ ਸ਼ਮੂਲੀਅਤ ਹੈ ਤਾਂ ਅਸੀਂ ਉਸ ਹੱਦ ਤੱਕ ਵੀ ਜ਼ਰੂਰ ਜਾਵਾਂਗੇ ਕਿਉਂਕਿ ਸਾਡਾ ਜਿਹੜਾ ਪੰਜਾਬ ਸਰਕਾਰ ਦਾ ਬੜੀਆਂ ਕਲੀਅਰ ਕੱਟ ਇੰਸਟਰਕਸ਼ਨਸ ਨੇ ਕਿ
किसी भी व्यक्ति जिहड़ा कि नशे की समगलिंग दे विच, नशे दे वेचण खरीदण दे संबंध दे विच किसी भी तरह नाल इनवॉल्व हैगा तां उहदे खिलाफ सख्त तो सख्त कार्रवाई, किसी प्रकार की उहदे नाल कोई लीनियंसी या कोई ढिल नहीं दिती जा सकती। तो जो कि हुण असीं इस गल दे विच जा रहे हां, इहदे बारे एक दो केसिस दे होर भी पता लग्या, बट उन्हां बारे अजे असीं कन्फर्म कर रहे हैं। जदों सानूं उन्हां विचों भी कुछ कन्फर्मेशन आ गई तो उन्हां केसिस दा भी जरूर खुलासा।